ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਆਪਣਾ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਆ ਬੁੱਕਣ ਵਾਲਾ ਪਿੰਡ ਏਰੀਆ ਫਿਰੋਜ਼ਪੁਰ ਤੇ ਆਪਾਂ ਇੰਟਰਵਿਊ ਕਰਨਾ ਆ GDR ਕੰਬਾਈਨ ਦੀ ਜੋ ਕਿ 1970 ਮਾਡਲ ਆ ਤੇ ਬਾਕੀ ਵੀਰ ਜੀ ਹੁਣਾਂ ਨਾਲ ਕਰਦੇ ਆ ਗੱਲਬਾਤ ਇਹ ਕੰਬਾਈਨ ਦੇ ਓਨਰ ਨੇ ਤੇ ਇਹਨਾਂ ਤੋਂ ਆਪਾਂ ਪੁੱਛਦੇ ਆ ਵੀ ਕਿੰਨਾ ਟਾਈਮ ਹੋ ਗਿਆ ਕੰਬਾਈਨ ਲਈ ਨੂੰ ਤੇ ਹੋਰ ਇਹਨਾਂ ਕੋਲ ਕਿਹੜੀਆਂ ਕਿਹੜੀਆਂ ਕੰਬਾਈਨਾਂ ਨੇ ਤੇ ਕਿਵੇਂ ਚੱਲਦੀ ਆ ਹੁਣ ਤੱਕ ਤੇ ਬਾਕੀ ਵੀਰ ਜੀ ਹੁਣੀ ਤੁਹਾਨੂੰ ਅੱਗੇ ਦੱਸਣਗੇ ਸੋ ਇਹ ਵੀਰੇ ਹੈਗੀ ਹੈ 1970 ਮਾਡਲ ਮਸ਼ੀਨ ਆ ਅਤੇ 95 'ਚ ਅਸੀਂ ਲਈ ਸੀ ਠੀਕ ਆ ਜੀ ਅਤੇ ਸਿੰਗਲ ਕਿਸ਼ਤੀ ਚੱਲਦੀ ਰਹੀ 2017 ਤੱਕ ਅਤੇ ਹੁਣ ਡਬਲ ਕਿਸ਼ਤੀ ਕਰ ਹੁਣ 2017 'ਚ ਫਿਰ ਅਸੀਂ ਡਬਲ ਕਿਸ਼ਤੀ ਕਰਾ ਦਿੱਤੀ ਉਦੋਂ ਇਹਦਾ ਸਮਾਨ ਸਮੂਨ ਪੈਣ ਵਾਲਾ ਸੀ ਠੀਕ ਆ ਜੀ ਅਤੇ ਬਾਕੀ ਇਹਦੇ ਸਪੇਅਰ ਪਾਰਟ ਦੀ ਆਪਾਂ ਨੂੰ ਕਿੰਨੀ ਕੁ ਦਿੱਕਤ ਆਉਂਦੀ ਆ ਸਪੇਅਰ ਪਾਰਟ ਮਿਲ ਜਾਂਦਾ ਤਾਂ ਫਿਰੋਜ਼ਪੁਰ ਆਮ ਹੀ ਮਿਲ ਜਾਂਦਾ ਜੀ ਜੇ ਕੋਈ ਚੀਜ਼ ਨਾ ਮਿਲੇ ਤਾਂ ਠੀਕ ਆ ਜੀ ਇਹ ਮਤਲਬ ਜਿਹੜੀ ਸਵਰਾਜ ਕੰਬਾਈਨ ਬਣੀ ਆ ਉਹ ਇਹਦੀ ਨਕਲ ਬਣੀ ਆ ਹਾਂ ਇਹਦੀ ਨਕਲ ਬਣੀ ਠੀਕ ਆ ਜੀ ਮਤਲਬ ਇਹਨੂੰ ਸਵਰਾਜ ਦਾ ਵੀ ਸਮਾਨ ਪੈ ਜਾਂਦਾ ਸਵਰਾਜ ਦਾ ਪੈ ਜਾਂਦਾ ਗੇਅਰ ਗੂਰ ਰਹਿੰਦਾ ਵੀ ਅੱਗੇ ਸਵਰਾਜ ਜਿਵੇਂ ਸਵਰਾਜ ਨੇ ਕੀਤਾ ਉਦਾਂ ਹੀ ਆ ਹਾਂ ਉਦਾਂ ਹੀ ਵੀ ਇਧਰ ਦੂਜੇ ਕਲਚ ਦੂਜੇ ਪਾਸੇ ਆ ਠੀਕ ਆ ਜੀ ਤੇ ਬਾਕੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੰਦ ਕਰੀ ਬਾਕੀ ਆਪਾਂ ਗੱਲਬਾਤ ਕਰਦੇ ਆ ਗੇਅਰ ਤੇ ਆਪਣੇ ਚੇਂਜਰ ਬਾਰੇ ਤੇ ਵੀਰ ਜੀ ਇਹਦਾ ਚੇਂਜਰ ਚੁੰਜਰ ਦਾ ਤੇ ਗੇਅਰ ਦਾ ਸਮਾਨ ਆਮ ਹੀ ਪੈਂਦਾ ਆ ਮਿਲ ਜਾਂਦਾ ਫਿਰ ਉਹ ਇੱਕ ਰੂਮ ਮਿਲ ਜਾਂਦਾ ਠੀਕ ਆ ਜੀ ਤੇ ਆਪਣੇ ਜਿਹੜੀ ਇਹਦੀ ਸਪੀਡ ਵਾਲੀ ਪੁਲੀ ਆ ਫਿਰ ਪਰਲੇ ਪਾਸੇ ਤੋਂ ਚੇਂਜ ਹੁੰਦੀ ਆ ਉਹ ਪਰਲੇ ਪਾਸੇ ਠੀਕ ਆ ਤੇ ਆਹ ਤਾਂ ਫੀਟਰ ਬਲਸਾ ਵੀ ਆਮ ਕੰਬਾਈਨਾਂ ਵਾਂਗੂ ਹੀ ਬਣਿਆ ਤੇ ਡਿਸਟ੍ਰੀਬਿਊਟਰ ਵੀ ਆਮ ਹੀ ਲੱਗਦਾ ਜੀ ਠੀਕ ਆ ਤੇ ਇੰਜਣ ਇਹਦੇ ਤੇ ਕਿਹੜਾ ਹੈ ਜੀ ਇੰਜਣ 370 ਦਾ ਹੈ ਲੇ ਲੈਣ ਦਾ ਜੀ ਪਹਿਲਾਂ ਇਹਦੇ ਤੇ ਕਿਹੜਾ ਇੰਜਣ ਆਇਆ ਸੀਗਾ ਪਹਿਲਾਂ ਇਹਦੇ ਤੇ ਆਏ ਸੀ ਮਾਨ ਇੰਜਣ ਆਏ ਸੀ ਠੀਕ ਆ ਜਿਹੜੇ ਪਰਕਣ ਵਾਲੇ ਤੇ ਜਿਵੇਂ ਕਲਾਸ ਤੇ ਵੀ ਆਪਣੇ ਉਹ ਹੀ ਆ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਕੰਬਾਈਨ ਇਹਨੂੰ ਟੂ ਗਰੋ ਬੈਲਟ ਪੈਂਦੀ ਸੀ ਜੀ ਪਹਿਲਾਂ ਆ ਜਿਹੜੀ ਜਿਹੜੀ ਮੇਨ ਬੈਲਟ ਹਾਂ ਜੀ ਮੇਨ ਬੈਲਟ ਆਈ ਸੀ ਕੱਲੀ ਸਿੰਗਲ ਸਿੰਗਲ ਹੀ ਆਈ ਸ਼ੁਰੂ ਤੋਂ ਜਾਂ ਸ਼ੁਰੂ ਤੋਂ ਹੀ ਸੀ ਠੀਕ ਆ ਜਿਵੇਂ ਆਪਣੇ ਕਲਾਸ ਦੇ ਉਹ ਜੁੜੀਆਂ ਆਉਂਦੀਆਂ ਬੈਲਟਾਂ ਨਹੀਂ ਇਹਦੇ ਸਿੰਗਲ ਸਿੰਗਲ ਸਵਰਾਜ ਦੀ ਹੀ ਸੀ ਠੀਕ ਆ ਤੇ ਆਹ ਪੁਲੀ ਬਦਲ ਦਿੰਦੇ ਜਿਹੜੀ ਪੁਲੀ ਸਪੀਡ ਵਾਲੀ ਠੀਕ ਆ ਸਪੀਡ ਵਾਲੀ ਪੁਲੀ ਆਹ ਤੇ ਬਾਕੀ ਤੁਸੀਂ ਕੰਬਾਈਨ ਦੀ ਕੰਡੀਸ਼ਨ ਚੈੱਕ ਕਰ ਸਕਦੇ ਜੀ ਇਹਨਾਂ ਕੋਲੇ ਬਾਈਆਂ ਕੋਲੇ 4 ਕੰਬਾਈਨਾਂ ਨੇ 3 ਸਵਰਾਜ ਨੇ ਤੇ ਇੱਕ ਇਹ ਕੰਬਾਈਨ ਆ ਇਹਦੇ ਤੋਂ ਬਾਅਦ ਇਹਨਾਂ ਸਾਰੀਆਂ ਕੰਬਾਈਨਾਂ ਲਈਆਂ ਨੇ ਤੇ ਆਪਾਂ ਉਹ ਵੀ ਕੰਬਾਈਨਾਂ ਵਿਖਾਉਣੇ ਆ ਸਾਰੀਆਂ ਤੇ ਬਾਕੀ ਕੈਮਰਾਮੈਨ ਨੂੰ ਮੈਂ ਗੁਜ਼ਾਰਿਸ਼ ਕਰਦਾ ਵੀ ਅੱਗੇ ਆਣ ਕੇ ਤੇ ਕੰਬਾਈਨ ਦੀ ਕੰਡੀਸ਼ਨ ਚੈੱਕ ਕਰਾਵੇ ਤੇ ਬਾਕੀ ਕੰਬਾਈਨ ਦੀ ਕੰਡੀਸ਼ਨ ਦੇਖ ਸਕਦੇ ਜੇ ਤੁਸੀਂ ਆ ਫਲੈਟ ਫਲੂਟ ਤਾਂ ਆਮ ਕੰਬਾਈਨਾਂ ਵਾਂਗੂ ਹੀ ਆ ਤੇ ਆ ਇੰਜਣ ਚੈੱਕ ਕਰ ਸਕਦੇ ਜੇ ਤੇ ਆਹ ਕੱਟ ਰਹਿੰਦਾ ਆ ਗਿਆ ਕੰਬਾਈਨ ਦਾ ਸਪੀਡ ਸਪੂਡ ਜਿਵੇਂ ਰੀਅਲ ਦੀ ਵਧਾਉਣ ਵਾਸਤੇ ਆਹ ਚੇਂਜਰ ਦਿੱਤਾ ਨਿੱਕਾ ਜਿਹਾ ਅਤੇ ਇਹਦੀ ਰੀਲ ਇਹਨਾਂ ਚੇਂਜ ਕੀਤੀ ਆ ਜੋ ਕਿ ਨਵੀਂ ਤਿਆਰ ਕਰਾਈ ਪੈ ਪੈਂਦੀ ਸਵਰਾਜ ਵਾਲੀ ਆ ਅਤੇ ਬਾਕੀ ਇਹਨਾਂ ਨੇ ਫਰੰਟ ਔਗਰ ਵੀ ਚੇਂਜ ਕੀਤਾ ਤਾਂ ਬਾਕੀ ਰੇੜਾ ਰੂੜਾ ਨਾਲ ਦਾ ਹੀ ਆ 1970 ਦਾ ਹੀ ਅਤੇ ਸਟਾਫ ਵਾਕਰ ਵੀ ਕਹਿੰਦੇ ਪਹਿਲਾਂ ਇਹ 4 ਆਈ ਸੀ ਅਤੇ ਇਹਨੂੰ 5 ਪਾਏ ਆ ਨਵੇਂ ਕਰੰਕਾਂ ਕਰੁੰਕਾਂ ਵੀ 5 ਪਾਈਆਂ ਦੇਖ ਸਕਦੇ ਜੇ ਜਿਹੜੀਆਂ ਹੁਣ ਕੰਬਾਈਨਾਂ ਆਉਂਦੀਆਂ ਪਈਆਂ ਉਹ ਸਾਰੀਆਂ ਇਸ ਕੰਬਾਈਨ ਦੀ ਨਕਲ ਆ ਜਿਵੇਂ ਕਿ ਪਹਿਲਾਂ ਸਵਰਾਜ ਨੇ ਨਕਲ ਕੀਤੀ ਸਵਰਾਜ ਤੋਂ ਬਾਅਦ ਦੂਜੀਆਂ ਦੇਸੀ ਕੰਬਾਈਨਾਂ ਆਈਆਂ ਨੇ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਵੀ GDR ਦਾ ਸਮਾਨ ਪਾ ਦੀਦਾ GDR ਦਾ ਗੇਅਰ GDR ਦੇ ਪਟੇ GDR ਦੀਆਂ ਚੈਣਾਂ ਉਹ ਇਸ ਕੰਬਾਈਨ ਦਾ ਸਾਰਾ ਸਮਾਨ ਪੈਂਦਾ ਜੋ ਕਿ ਦੇਸੀ ਮਸ਼ੀਨਾਂ ਨੂੰ ਪੈਂਦਾ ਅਤੇ ਬਾਕੀ ਆ ਹੁੱਕ ਤੁਸੀਂ ਵੇਖ ਸਕਦੇ ਕਿੱਡੀ ਸ਼ਾਨਦਾਰ ਆ ਅਤੇ ਆ ਖੁੱਲ੍ਹਣ ਵਾਲਾ ਸਿਸਟਮ ਦੇਖ ਸਕਦੇ ਵੀ ਐਂ ਟਾਈਟ ਹੁੰਦੀ ਆ ਆਪਣੇ ਆਪ ਇਹ ਵੇਖ ਲਓ ਵੀ ਹੁਣ ਤਕਨੀਕਾਂ ਆਉਂਦੀਆਂ ਅਤੇ ਇਹ ਇਹਦੇ 'ਚ ਪਹਿਲਾਂ ਹੀ ਦਿੱਤੀ ਹੋਈ ਸੀ ਅਤੇ ਆਹ ਟੈਂਕੀ ਆ ਡੀਜ਼ਲ ਟੈਂਕ ਆ ਅਤੇ ਵੀਰ ਜੀ ਇਹ ਡੀਜ਼ਲ ਟੈਂਕ ਇਹਦਾ ਕਿੰਨੇ ਲੀਟਰ ਦਾ ਡੀਜ਼ਲ ਟੈਂਕ ਇਹਦੇ 'ਚ ਪੈ ਜਾਂਦਾ ਹੁਣ 240 ਲੀਟਰ ਪੈ ਜਾਂਦਾ 240 ਲੀਟਰ ਪਹਿਲਾਂ ਛੋਟੀ ਹੁੰਦੀ ਸੀ ਪਹਿਲਾਂ ਛੋਟੀ ਸੀ ਇੱਥੋਂ ਤੱਕ ਸੀ ਇਹ ਫਿਰ ਉੱਚੀ ਵੱਡੀ ਆ ਇਹ ਕਿੰਨੇ ਲੀਟਰ ਹੋਰ ਕਪੈਸਿਟੀ ਵਧਾਈ ਜਾਂਦੀ ਇਹਦੀ ਵੀ ਹੁਣ 240 ਲੀਟਰ ਪੈਂਦਾ ਪਹਿਲਾਂ ਘੱਟ ਪੈਂਦਾ ਹੁੰਦਾ ਠੀਕ ਆ ਜੀ ਇਹ ਨਾ ਵੀ ਰਾਤ ਦਿਨ ਮਸ਼ੀਨ ਚੱਲਦੀ ਵੀ ਤੜਕੇ ਫਿਰ ਖਾ ਠੀਕ ਆ ਜੀ ਠੀਕ ਆ ਤੇ ਆਹ ਇਹਦੀ ਟੈਂਕੀ ਆ ਅਤੇ ਆਹ ਇਹਦਾ ਆ ਗਿਆ ਚੇਂਜਰ ਚੇਂਜਰ ਬਾਈਆਂ ਨੇ ਚੇਂਜ ਕੀਤਾ ਵੀ ਨਵਾਂ ਲਾਇਆ ਵੀ ਕਈ ਵਾਰੀ ਪੱਲੇ ਪੁੱਲੇ ਖਰਾਬ ਹੋ ਜਾਂਦੇ ਆ ਅਤੇ ਬਾਕੀ ਆ ਤੁਸੀਂ ਇਹਦਾ ਟੈਂਕ ਆ ਗਿਆ ਬਾਕੀ ਸਾਰੀ ਕੰਬਾਈਨ ਆਮ ਜਿਵੇਂ ਤੁਸੀਂ ਦੇਸੀ ਮਸ਼ੀਨਾਂ ਦੇਖਦੇ ਉਹੀ ਨੇ ਦੇਸੀ ਕੰਬਾਈਨਾਂ ਇਹਦੇ ਤੋਂ ਹੀ ਬਣੀਆਂ ਸਾਰੀਆਂ ਇਹ ਇਹਨਾਂ ਦੀ ਮਾਤਾ ਹੀ ਆ ਸਮਝ ਲਓ ਵੀ ਇਹਦੇ ਤੋਂ ਨਕਲ ਹੋਈ ਆ ਸਾਰੀ ਅਤੇ ਬਾਕੀ ਆਪਾਂ ਉੱਪਰ ਜਾ ਕੇ ਕੈਮਰਾ 'ਤੇ ਵੀ ਦਿਖਾਉਂਦੇ ਹਾਂ ਅਤੇ ਛਤਰੀ ਇਹਨੂੰ ਫਾਈਬਰ ਦੀ ਆ ਅਜੇ ਤੱਕ ਛਤਰੀ ਇਹਨੂੰ ਪਹਿਲਾਂ ਫਾਈਬਰ ਦੀ ਦੂਜੀ ਸਾਈਡਾਂ ਨੂੰ ਥੱਲੋਂ ਮੋੜ ਕੇ ਠੀਕ ਆ ਜੀ ਇਹ ਸਵਰਾਜ ਵਾਲੀ ਹੁਣ ਲਾਈ ਇਹ ਠੀਕ ਆ ਜੀ ਠੀਕ ਆ ਪਹਿਲਾਂ ਪੰਜਾਬ ਨੰਬਰ ਹੀ ਆ
ठीक है यार, नंबर चेक कर सकते 5784 ते मॉडल हैगी आ 70 ते लुधियाने दा नंबर आ जी। ते आपां उपर भी जाके तुहानूं दिखा दिंदे आ। ते आ हैगा जी कंबाइन दा कैबिन ते सिंगल लीवर गेयर वाले लीवर आ इहदे वी आ जिहड़े नप के गेयर पैंदे आ जां जो भी आ जिवें अपने क्लास दे आ उह भी सिंगल लीवर ओपरेट आ। ते बाकी डिस्ट्रीब्यूटर आम कंबाइना वाला ही आ। ते आ गेयर दे लीवर दसे होए आ पहला बैक नूं ते बैक वाला अगे नूं करके पैंदा। ते बाकी तुसीं कर सकदे जे चैक। ते आ छतरी बाईआं ने फाइबर दी लाई आ, पहलां भी फाइबर दी ही। ते समें दे हिसाब नाल फिर कुछ क चीज़ां जो रिटायर करनियां पैंदियां। ते आ इंजन 370 आ। ते बाकी आ कंबाइन दे ड्राइवर साहब आ, ते इन्हां नाल करदे गल्लबात भी किवें आ कंबाइन चलाउंदे। बहुत वधिया जी। ਤੇ ਬਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਮੈਨ ਚਲਾਉਂਦਿਆਂ ਨੂੰ? ਮੈਨੂੰ ਹੋ ਗਏ ਵੀ 6-7 ਸੀਜ਼ਨ ਹੋ ਗਏ ਜੀ। ਹਾਂਜੀ ਹੋ ਗਏ 6-7 ਸੀਜ਼ਨ ਜੀ। 6-7 ਸੀਜ਼ਨ ਪਹਿਲਾਂ ਵੀ ਕਮੈਨਾਂ ਚਲਾਈਆਂ? ਪਹਿਲਾਂ ਦੂਜੀਆਂ ਚਲਾਈਆਂ ਜੀ, ਦੇਸੀ ਦੇਸੀ ਮਸ਼ੀਨ। ਤੇ ਕੀ ਫਰਕ ਲੱਗਦਾ ਜੀ ਇਸ ਕਮੈਨ 'ਚ ਤੁਹਾਨੂੰ? ਬਹੁਤ ਵਧੀਆ ਜੀ। ਤੇ ਰਿਪੇਅਰ ਪੂਰੇ ਘੱਟ ਆ ਦੂਜੀਆਂ ਨਾਲੋਂ ਜਾਂ ਜ਼ਿਆਦਾ? ਹਾਂਜੀ ਦੂਜੀਆਂ ਨਾਲ ਰਿਪੇਅਰ ਘੱਟ ਆ ਜੀ ਇਹਨਾਂ ਦੀ। ਤੇ ਤੋਰਾ ਤਾਰਾ ਨਿਬੇੜਾ? ਪੂਰਾ ਨਿਬੇੜਾ ਕਰਦੀ ਹੈ। ਠੀਕ ਹੈ ਜੀ। ਤੇ ਹੁਣ ਤੁਸੀਂ ਕਿੱਥੇ ਚੱਲੇ ਇਹਨੂੰ ਲੈ ਕੇ? ਮੂੰਗੀ ਵੱਢਣ ਚੱਲੇ। ਮੂੰਗੀ ਵੱਢਣ ਚੱਲੇ? ਹਾਂਜੀ। ਅਤੇ ਬਾਕੀ ਵੀ ਆਪਾਂ ਕਰਦੇ ਹਾਂ ਗੱਲਬਾਤ, ਜੇ ਆਪਣੇ ਕੋਲ ਟਾਈਮ ਹੋਇਆ ਤਾਂ ਆਪਾਂ ਚੱਲਦੀ ਵੀ ਤੁਹਾਨੂੰ ਦਿਖਾਵਾਂਗੇ ਕਮੈਨ। ਅਤੇ ਆਹ 370 ਇੰਜਨ ਰੱਖਿਆ ਹੋਇਆ ਇਹਦੇ 'ਤੇ। ਅਤੇ ਬਾਕੀ ਆ ਤੁਸੀਂ ਵੇਖ ਸਕਦੇ ਕਿੰਨੀ ਲੰਬੀ ਆ ਕਮੈਨ ਮਗਰੋਂ। ਅਤੇ ਪਹਿਲਾਂ ਇਹਦੇ 'ਤੇ ਪਰਕਣ ਦਾ ਇੰਜਨ ਸੀਗਾ, ਛਿਲਡਾਂ ਛੁਲਡਾਂ ਹੈਗੀਆਂ ਉੱਦਾਂ ਹੀ, ਕਵਰ ਆ ਟੈਂਕ। ਅਤੇ ਬਾਕੀ ਆਪਾਂ ਥੱਲੇ ਜਾ ਕੇ ਤੁਹਾਨੂੰ ਵੀਡੀਓ ਵਿਖਾਉਂਦੇ ਹਾਂ। ਬਾਈ ਹੋਣੀ ਕਮੈਨ ਲੈ ਕੇ ਚੱਲੇ ਹੁਣ। ਬਾਕੀ ਕੰਬਾਈਨ ਲੈ ਕੇ ਚੱਲੇ ਆ ਜੀ ਬਾਈ ਹੋਣੀ ਮੂੰਗੀ ਵੱਢਣ ਚੱਲੇ ਆ। ਅਤੇ ਆਪਾਂ ਤੁਹਾਨੂੰ ਚੱਲਦੇ ਹਾਂ ਨਾਲ, ਅਤੇ ਵੀਡੀਓ ਦਿਖਾਉਣੀ ਕੰਬਾਈਨ ਚੱਲਦੀ ਦੀ ਵੀ। ਅਤੇ ਬਾਈ ਹਰਾਂ ਕੋਲ ਹੋਰ ਵੀ 300 ਰਾਜਾਂ ਵੀ ਖੜੀਆਂ ਹੋਈਆਂ, ਅਤੇ ਆਪਾਂ ਉਹਨਾਂ ਦੀ ਵੀ ਵੀਡੀਓ ਦਿਖਾਉਂਦੇ ਹਾਂ ਵੀ ਕਿਹੜਾ ਕਿਹੜਾ ਮਾਡਲ ਆ। 3 ਕਟਰ ਖੜੇ ਆ ਵੇਖ ਸਕਦੇ ਜੀ। ਉਹ 6 ਮਾਡਲ ਦਾ ਕਟਰ ਆ, ਅਤੇ ਆਹ ਸ਼ਾਇਦ 93 ਮਾਡਲ ਦਾ, ਅਤੇ ਆਹ ਇੱਕ ਹੋਰ ਕੰਬਾਈਨ ਆ, ਉਹ ਮਾਡਲ ਆਪਾਂ ਨੂੰ ਪਤਾ ਨਹੀਂ ਗਾ, ਦੇਖਦੇ ਹਾਂ। ਅਤੇ ਆਹ ਕੰਬਾਈਨ ਜਿਹੜੀ ਆ 512-1970 ਮਾਡਲ ਆ, ਪਹਿਲੀਆਂ ਮੇਡ ਇਨ ਜਰਮਨ ਆ ਸਾਰੀ। ਅਤੇ ਅਸੈਂਬਲ ਹੋਈ ਸੀ ਦਿੱਲੀ ਆ ਕੇ, ਦਿੱਲੀ ਦੀ ਅਸੈਂਬਲਿੰਗ ਆ ਇਸ ਕੰਬਾਈਨ ਦੀ। ਬਾਕੀ ਦੇਖਾਉਂਦੇ ਹਾਂ ਤੁਹਾਨੂੰ ਹੋਰ ਵੀ ਅੱਗੇ ਦੀ ਅੱਗੇ ਵੀਡੀਓਸ, ਅਤੇ ਕਰਾਉਣੇ ਆ ਤੁਹਾਨੂੰ ਚੈੱਕ। ਆਪਾਂ ਮੂੰਗੀ ਵੱਢਣ ਚੱਲੇ ਆ, ਅਤੇ ਆਪਾਂ ਉੱਥੇ ਜਾ ਕੇ ਵੀ ਦਿਖਾਉਂਦੇ ਹਾਂ ਆਏ ਦਾ ਕਟਰ ਖੜਾ। ਚਲੋ ਮਿਲਦੇ ਹਾਂ ਤੁਹਾਨੂੰ ਅੱਗੇ। ਅਤੇ ਆਪਾਂ 300 ਕਮੈਨਾਂ ਜਿਹੜੀਆਂ ਜੀ ਡੀ ਆਰ ਤੁਹਾਨੂੰ ਪਿੱਛੇ ਜੇ ਵਿਖਾਈ ਆ ਉਹ ਕਮੈਨ, ਅਤੇ ਇਹ 3 ਕਮੈਨਾਂ ਬਾਈਆਂ ਦੀਆਂ ਹੀਆਂ। ਅਤੇ ਆਹ ਹੈਗੀ ਆ 2000 ਮਾਡਲ, ਆਹ 1993 ਮਾਡਲ ਆ, ਅਤੇ ਉਹ ਕਮੈਨ ਹੈਗੀ ਆ 2006 ਮਾਡਲ। ਅਤੇ ਬਾਈ ਤੋਂ ਪੁੱਛਦੇ ਹਾਂ ਵੀ ਆਪਾਂ ਪਹਿਲਾਂ ਕਿਹੜੀ ਬਾਏ ਕੀਤੀ ਸੀ? ਅਤੇ ਉਹ ਖੜੀ ਆ ਜੀ ਡੀ ਆਰ ਕੰਬਾਈਨ, ਅਤੇ ਦੇਖ ਸਕਦੇ ਤੁਸੀਂ। ਅਤੇ ਕਰਦੇ ਵੀਰ ਨਾਲ ਗੱਲਬਾਤ। ਆਹ ਕਮੈਨ ਬਾਈ ਆਪਾਂ ਕਦੋਂ ਲਈ ਸੀ? ਸਾਰਿਆਂ ਨਾਲ ਪਹਿਲਾਂ 2000 ਮਾਡਲ ਲਈ ਸੀ? ਸਭ ਤੋਂ ਪਹਿਲਾਂ 93 ਮਾਡਲ ਲਈ ਸੀ। ਠੀਕ ਆ ਜੀ। ਠੀਕ ਆ। 2007 'ਚ ਬਾਈ ਹੋਣਾ ਲਈ ਸੀ 93 ਮਾਡਲ, ਅਤੇ ਫਿਰ ਉਸ ਤੋਂ ਬਾਅਦ 2020 'ਚ ਲਈ ਸੀ। 2020 'ਚ ਇਹਨਾਂ ਲਈ ਸੀਗੀ 2000 ਮਾਡਲ, ਅਤੇ 2022 'ਚ ਫਿਰ ਲਿਆਂਦੀ 6 ਮਾਡਲ। 2022 'ਚ ਕਹਿੰਦੇ 6 ਮਾਡਲ ਲਿਆਂਦੀ, ਅਤੇ ਇਹਨਾਂ ਨੇ ਕਲਰ ਵੀ ਤਿੰਨਾਂ ਕਮੈਨਾਂ ਨੂੰ ਸੇਮ ਕੀਤਾ। ਜੱਜਮੈਂਟ ਨਹੀਂ ਹੁੰਦੀ ਵੀ ਕਿਹੜੀ ਕਮਾਈਨ ਕਿਹੜਾ ਮਾਡਲ ਆ, ਅਤੇ ਉਹ ਇਹਨਾਂ ਦੇ ਕਟਰ ਖੜੇ ਆ, ਅਤੇ ਕਟਰ ਵੀ ਕਹਿੰਦੇ ਇੱਕ ਦੂਜੀ ਨੂੰ ਪੈ ਜਾਂਦੇ ਜਿਵੇਂ ਮਰਜ਼ੀ ਪਾ ਦਈਦੇ ਆ। ਅਤੇ ਇਕੱਲਾ 6 ਮਾਡਲ ਦਾ ਕਟਰ ਨਹੀਂ ਪੈਂਦਾ, ਜੀ ਡੀ ਆਰ ਦੇ ਵੀ ਕਟਰ ਇਹਨਾਂ ਨੂੰ ਪੈ ਜਾਂਦੇ ਆ। ਅਤੇ ਇੰਜਣ ਸਾਰੀਆਂ 'ਤੇ ਲੇ ਲੈਣੀ ਆ, 402 ਹੀ ਆ ਜਾਂ 370 ਹੀ? 402 ਆ। ਅਤੇ ਛਿਲਡਾਂ ਛੁਲਡਾਂ ਲਾਈਆਂ ਜਾਂ ਆਈਆਂ ਹੀ ਨਹੀਂ? ਛਿਲਡਾਂ ਇਹਨਾਂ ਦੋ ਦੀਆਂ ਨਹੀਂ ਹੈਗੀਆਂ, 2000 ਮਾਡਲ ਦੀਆਂ ਨਹੀਂ ਹੈਗੀਆਂ, ਅਤੇ 93 ਦੀਆਂ ਨਹੀਂ ਆ, 6 ਮਾਡਲ ਨੂੰ ਲੱਗੀਆਂ ਹੋਈਆਂ, ਉਹਨੂੰ ਲੱਗੀਆਂ ਹੋਈਆਂ। ਅਤੇ ਬਾਕੀ ਤੁਸੀਂ ਵੇਖ ਸਕਦੇ ਕਮੈਨ ਦੀ ਕੰਡੀਸ਼ਨ ਬਹੁਤ ਸਾਂਭ ਕੇ ਰੱਖੀਆਂ ਨੇ ਕਮੈਨਾਂ ਬਾਈਆਂ ਨੇ, ਅਤੇ ਲਈਆਂ ਇਹਨਾਂ ਚੱਲਦੀਆਂ ਹੀ ਸੀਗੀਆਂ। ਅਤੇ ਸਟਾਰਟਿੰਗ ਇਹ ਕਮੈਨਾਂ ਦਵਾਉਣ ਵਾਲੀ ਕਮੈਨ ਇਹਨਾਂ ਨੂੰ ਜੀ ਡੀ ਆਰ ਆ, ਜਿਹੜੀ ਕਿ ਉਹ ਬਾਹਰ ਖੜੀ ਆ ਆਪਾਂ ਤੁਹਾਨੂੰ ਦਿਖਾਉਣੀ, ਉਹ ਚੱਲਦੀ ਵੀ। ਅਤੇ ਆਹ ਕਮੈਨਾਂ ਕਰੋ ਚੈੱਕ ਤੁਸੀਂ। ਇਹ ਆਪਾਂ ਪਹੁੰਚੇ ਹਾਂ ਪਿੰਡ ਬੁੱਕਣ ਵਾਲਾ ਏਰੀਆ ਫਿਰੋਜ਼ਪੁਰ, ਅਤੇ ਆਪਣੇ ਤੋਂ ਕੋਈ 30 ਕਿਲੋਮੀਟਰ ਦੂਰ ਆ ਪਿੰਡ ਤੋਂ। ਬਾਕੀ ਕਰ ਸਕਦੇ ਚੈੱਕ ਤੁਸੀਂ ਆਹ 6 ਮਾਡਲ ਨੂੰ ਛਿਲਡਾਂ ਲੱਗੀਆਂ, ਅਤੇ ਟੂਲ ਟਾਲ ਖੁੱਲ੍ਹੇ ਹੋਏ ਆ। ਇਹ ਵੀਰ ਜੀ ਡਬਲ ਬ੍ਰੇਕ ਹੀ ਆ ਕਮੈਨਾਂ ਫਿਰ? ਡਬਲ ਬ੍ਰੇਕ ਆ, ਕਿੰਨੇ ਡਬਲ ਬ੍ਰੇਕ? ਠੀਕ ਆ। ਆਪਾਂ ਅੱਗੇ ਜਾ ਕੇ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਅੱਗੇ ਥੋੜ੍ਹਾ ਜਿਹਾ ਥਾਂ ਨਹੀਂ ਹੈਗਾ ਗਾ। ਅਤੇ ਬਾਕੀ ਚਲੋ ਆਪਾਂ ਚੱਲਦੇ ਹਾਂ, ਅਤੇ ਉਹ ਕਮੈਨ ਮੂੰਗੀ ਵੱਢਣ ਚੱਲੀ ਆ, ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ ਚੱਲਦੀ ਉਹਦੀ ਪਰਫੋਰਮੈਂਸ ਕਿਵੇਂ ਆ।
ਤੇ ਬਰਸੀਨ ਵੀ ਵੜਦੇ ਆਉਂਦੇ ਨਾਲ ਤੇ ਰੇੜਾ ਕੱਢਣ ਲੱਗੇ ਬਾਹਰ ਤੇ ਚਲੋ ਚੱਲਦੇ ਹਾਂ ਹਾਂਜੀ ਤੇ ਚਲਾਤੀ ਆ ਮੂੰਗੀ ਤੇ ਕੰਬਾਈਨ ਬਾਕੀ ਤੁਸੀਂ ਵੇਖ ਸਕਦੇ ਜੇ ਤੇ ਮੀਂਹ ਬੱਦਲ ਵੀ ਬਹੁਤ ਪਿਆ ਬਣਿਆ ਹੋਇਆ ਤੇ ਮੀਂਹ ਵੀ ਪਿਆ ਆ ਬਾਕੀ ਕਰੋ ਚੈੱਕ ਇਹ ਹੈਗਾ 6 ਕਿੱਲੇ ਥਾਂ ਆ ਇੱਕ ਬਲਾਡੀ ਆ ਮੂੰਗੀ ਦਾ ਤੇ ਬਾਕੀ ਚੱਲਦੇ ਤੁਸੀਂ ਵੇਖ ਸਕਦੇ ਜੇ ਉਗਾਈ ਉੱਪਰ ਚੜਿਆ ਆ ਕੰਬਾਈਨ ਦੇ ਚੈੱਕ ਚੁੱਕ ਕਰਦਾ ਪਿਆ ਦਾਣੇ ਦੂਣੇ ਤੇ ਮਗਰ ਤੁਸੀਂ ਵੇਖ ਸਕਦੇ ਜੇ ਮੂੰਗੀ ਅਜੇ ਹੱਲੀ ਆ ਵੀ ਗਿੱਲੀ ਆ ਤੇ ਦੇਖੋ ਤੁਸੀਂ ਕੰਬਾਈਨ ਅੱਗੇ ਇਹਦੇ ਨਾਲ ਬਰਸੇਣ ਵੱਢਦੇ ਰਹੇ ਤੇ ਮੂੰਗੀ ਅੱਜ ਪਹਿਲੇ ਦਿਨ ਹੀ ਚਲਾਈ ਆ ਬਾਕੀ ਵੀਰ ਆਉਂਦਾ ਪਿਆ ਤੇ ਕਰਦੇ ਗੱਲਬਾਤ ਉਹਨਾਂ ਨਾਲ ਇਹ ਤੋਂ ਬਾਕੀ ਪੁੱਛਦੇ ਹਾਂ ਆਪਾਂ ਵੀ ਅੱਜ ਪਹਿਲੇ ਦਿਨ ਆਪਾਂ ਮੂੰਗੀ ਤੇ ਚਲਾਈ ਕੰਬਾਈਨ ਵੀਰ ਹਾਂਜੀ ਅੱਜ ਪਹਿਲੇ ਦਿਨ ਚਲਾਈ ਮੂੰਗੀ ਤੇ ਪਹਿਲਾਂ ਬਰਸੀਨ ਵੱਢਦੇ ਰਹੇ ਪਹਿਲਾਂ ਬਰਸੀਨ ਵੱਢਦੇ ਰਹੇ ਠੀਕ ਆ ਤੇ ਕਿਵੇਂ ਉੱਪਰ ਟੋਟਾ ਟਾਟਾ ਕਿਵੇਂ ਸਰ ਵਧੀਆ ਸਫਾਈ ਠੀਕ ਆ ਤੇ ਬਾਕੀ ਥਰੈਸ਼ਰ ਤੁਸੀਂ ਕਣਕ ਵਾਲਾ ਹੀ ਚੱਲਦਾ ਪਿਆ ਠੀਕ ਆ ਜੀ ਇਹੀ ਮੂੰਗੀ ਆ ਜਾਂ ਹੋਰ ਵੀ ਹੈਗੀ ਆ ਮੂੰਗੀ ਹੋਰ ਵੀ ਹੈਗੀ ਨਾਲ ਠੀਕ ਆ ਬਾਕੀ ਪਰਫੋਰਮੈਂਸ ਕਰੋ ਚੈੱਕ ਤੇ ਕੋਈ ਨਾ ਤੁਸੀਂ ਵੀ ਆਇਓ ਆਪਣੀ ਕਮੈਨ ਦੇ ਜਿਹੜਾ ਮਾਨ ਦੇਖ ਕੇ ਆਇਆ ਜੇ ਤੇ ਬਾਕੀ ਚਲੋ ਆਪਾਂ ਵੀਡੀਓ ਦੇ ਕਰਦੇ ਇੱਥੇ ਐਂਡਿੰਗ ਅਤੇ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਹੋਰ ਇੱਦਾਂ ਦੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਕਰਿਓ ਸਬਸਕ੍ਰਾਈਬ ਕਿਸੇ ਵੀ ਜਾਣਕਾਰੀ ਲਈ ਤੁਸੀਂ ਕਮੈਂਟ ਕਰ ਸਕਦੇ ਜੇ ਆਪਾਂ ਇੰਸਟਾ ਆਈਡੀ ਵੀ ਮੈਂਸ਼ਨ ਕੀਤੀ ਹੋਈ ਆ ਇੰਸਟਾ ਦੇ ਵੀ ਕੰਟੈਕਟ ਕਰ ਸਕਦੇ ਜੀ ਆਪਣੇ ਨਾਲ ਚਲੋ ਜੀ ਆਪਾਂ ਵੀਡੀਓ ਦੀ ਇੱਥੇ ਐਂਡਿੰਗ ਕਰਦੇ ਹਾਂ ਅੱਜ ਅਤੇ ਬਾਕੀ ਆਪਾਂ ਕਰਦੇ ਹਾਂ ਗੱਲਬਾਤ ਅਤੇ ਵੀਰ ਜੀ ਤੋਂ ਪੁੱਛਦੇ ਹਾਂ ਵੀ ਪਿੰਡ ਕਿੰਨਾ ਕੁ ਇਸ ਕਮੈਂਡ ਨੂੰ ਮੰਨਦੇ ਇਹਨੂੰ ਜ਼ਿਆਦਾ ਲਾ ਕੇ ਖੁਸ਼ ਆ ਜਾਂ ਸਵਰਾਜਾਂ ਨੂੰ ਪਿੰਡ ਵਾਲੇ ਤਾਂ ਜ਼ਿਆਦਾ ਇਹਨੂੰ ਪਹਿਲ ਦਿੰਦੇ ਠੀਕ ਹੈ ਜੀ ਅਤੇ ਪਿੰਡ ਆਪਾਂ ਇਹਦੇ ਨਾਲ ਕਿੰਨਾ ਕੁ ਏਰੀਆ ਵੜਦੇ ਹਾਂ ਪਿੰਡ ਦਾ ਤਕਰੀਬਨ ਵੀ ਚਾਰੇ ਮਸ਼ੀਨਾਂ ਵੀ ਬਰਾਬਰ ਹੀ ਵੜਦੇ ਹਾਂ ਕਿੰਨਾ ਅਤੇ ਬਾਕੀ ਜ਼ਿਆਦਾ ਇਹਨੂੰ ਪਸੰਦ ਕਰਦੇ ਪਿੰਡ ਪਸੰਦ ਕਰਦੇ ਇਹਨੂੰ ਦਿੰਦੇ ਠੀਕ ਹੈ ਅਤੇ ਇਹ ਆਪਾਂ ਪਾਸੇ ਵੀ ਲੈ ਕੇ ਜਾਂਦੇ ਹਾਂ ਕਮੈਂਡ ਪਾਸੇ ਮੱਝ ਲੈ ਜਾਂਦੇ ਠੀਕ ਆ ਵੀ ਪਾਸੇ ਦੂਜੀਆਂ ਕਮੈਨਾਂ ਦੇ ਨਾਲ ਹੀ ਹੈ ਜਾਂਦੇ ਨਾਲ ਹੀ ਅਤੇ ਬਾਕੀ ਇਹਨੂੰ ਅੱਗੇ ਤੋਂ ਤੁਸੀਂ ਮਤਲਬ ਕਰੋਗੇ ਔਰ ਮੋਡੀਫਿਕੇਸ਼ਨ ਵੀ ਤਿਆਰ ਕਰਕੇ ਹਾਂ ਇਹਨੂੰ ਤਾਂ ਪਾਸੇ ਜਿਵੇਂ 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 ਸ਼ੌਂਕ ਆਇਆ ਸੀ ਅਤੇ ਤੁਸੀਂ ਆਪ ਵੀ ਇਹਨੂੰ ਚਲਾਉਂਦੇ ਹੋ ਜ਼ਿਆਦਾ ਜਾਂ ਡਰਾਈਵਰ ਆਪ ਵੀ ਚਲਾਈ ਜਾਂਦਾ ਠੀਕ ਆ ਅਤੇ ਹੁਣ ਮੁੰਡੀ ਦਾ ਇੱਥੇ ਆਹ ਵੱਢ ਕੇ ਤੇ ਆਪਾਂ ਹੋਰ ਵੀ ਇਹਦੇ ਏਰੀਆ ਹੋਊਗਾ ਹਾਂਜੀ ਹੋਰ ਹੈਗਾ ਨਾਲ ਤਰਸੀਮ 'ਤੇ ਵੀ ਚੱਲਦੀ ਆ ਇਹੀ ਚਲਾਈਆਂ ਤੁਸੀਂ ਆਪਾਂ ਕਰਦੇ ਹਾਂ ਵੱਡੇ ਵੀਰ ਜੀ ਉਹਨਾਂ ਨਾਲ ਗੱਲ ਜੋ ਕਿ ਇਹਨਾਂ ਦੇ ਵੱਡੇ ਬ੍ਰਦਰ ਆ ਅਤੇ ਪੁੱਛਦੇ ਇਹਨਾਂ ਤੋਂ ਚਾਚਾ ਜੀ ਨੇ ਸੋਰੀ ਅਤੇ ਬਾਕੀ ਪੁੱਛਦੇ ਹਾਂ ਇਹਨਾਂ ਨੇ ਜ਼ਿਆਦਾ ਕਮੈਨ ਚਲਾਈ ਸ਼ੁਰੂ ਤੋਂ ਜਦੋਂ ਇਹਨਾਂ ਲਈ ਸੀ ਉਦੋਂ ਇਹ ਛੋਟੇ ਛੋਟੇ ਸੀਗੇ ਅਤੇ ਬਾਕੀ ਕਰਦੇ ਇਹਨਾਂ ਨਾਲ ਗੱਲਬਾਤ ਅਤੇ ਇੰਜਣ ਬਾਰੇ ਜਾਣਕਾਰੀ ਦਿਓ ਜੀ ਆਪਾਂ ਨੂੰ ਵੀ ਇਹਦੇ 'ਤੇ ਜੀ ਪਹਿਲਾਂ ਮਾਨ ਇੰਜਣ ਆਉਂਦਾ ਸੀ 4 ਸਿਲੰਡਰ ਠੀਕ ਆ ਜੀ ਅਤੇ ਉਸ ਤੋਂ ਬਾਅਦ ਉਹਦੀ ਰਿਪੇਅਰ ਕਰਕੇ ਪਹਿਲਾਂ ਤਾਂ ਆਮ ਲੋਕਾਂ ਨੇ 2-2 ਸਿਲੰਡਰ ਰੱਖੀਆਂ ਦਿੱਤੀ ਸੀ ਉਹਦੀ ਰਿਪੇਅਰ ਪ੍ਰੋਬਲਮ ਆਉਂਦੀ ਫਿਰ ਬਾਅਦ 170 ਰੱਖਤਾ ਜੀ 370 ਲੇਲੈਂਡ ਲੇਲੈਂਡ ਅਤੇ ਉਹਦੀ ਰਿਪੇਅਰ ਜ਼ਿਆਦਾ ਸੀ ਉਹਦੀ ਰਿਪੇਅਰ ਜ਼ਿਆਦਾ ਸੀ ਉਹ ਤਾਂ ਦੱਸਦੇ ਵੀ ਜੇ ਤੇਲ ਖਾਣ ਲੱਗ ਪੈਣਾ 1 ਦਿਨ 'ਚ 20 ਲੀਟਰ ਬਗਲੈਂਡ ਵੀ ਚੁੱਕ ਜਾਂਦਾ ਠੀਕ ਆ ਜੀ ਅਤੇ ਮਤਲਬ ਕਿ ਉਹਦਾ ਐਵਰੇਜ ਦਾ ਅਤੇ ਜ਼ੋਰ ਦਾ ਕਿੰਨਾ ਕੁ ਫਰਕ ਜੋ ਦੱਸਦੇ ਆ ਵੀ ਮੇਰੇ ਫਾਦਰ ਸਾਹਿਬ ਦੱਸਦੇ ਵੀ ਉਹਨਾਂ ਚਲਾਇਆ ਆਪਾਂ ਤਾਂ ਚਲਾਈ ਨਹੀਂ ਉਹਦਾ ਵੀ ਚਲਾਈਏ ਤਾਂ ਉਹਦੀ ਜਲਦੀ ਅਤੇ ਡੀਜ਼ਲ ਖਰਚਾ ਵੀ ਉਹਦਾ ਘੱਟ ਸੀ ਇਹਦੇ ਨਾਲ ਵੈਸੇ ਪਰ ਉਹਦਾ ਬਾਕੀ ਮਤਲਬ ਰਿਪੇਅਰ ਕਰਕੇ ਵੀ ਉਹ ਤਾਂ ਰਿਪੇਅਰ ਕਰਕੇ ਅਤੇ ਬਾਅਦ 'ਚ ਉਹਦਾ ਸਮਾਨ ਮੈਨੂੰ ਹਟ ਗਿਆ ਇੱਧਰ ਬਣਦੇ ਨਹੀਂ ਸੀ ਜਰਮਨ 'ਚ ਗਏ ਸੀ ਇਹ 1970 ਮਾਡਲ ਹੀ ਇਸ ਤੋਂ ਪਹਿਲਾਂ ਜਿਹੜੀ ਜਰਮਨ ਦੇ ਵਿੱਚ ਸੀਰੀਜ਼ ਬਣਦੀ 170 ਬਣਦੀ 170 ਸੀ ਇਹ E512 ਇਹ 1960 ਤੋਂ ਲੈ ਕੇ 1980 ਤੱਕ ਚੱਲਦੀ ਹੈ ਉਹ ਜਿਹੜੀਆਂ ਕਮੈਨਾਂ ਆਉਂਦੀਆਂ ਹੋਣੀਆਂ ਉਹ ਬਣ ਕੇ ਹੀ ਇੱਧਰ ਆਉਂਦੀਆਂ ਹੋਣੀਆਂ ਇਹ ਇੱਧਰ ਅਸੈਂਬਲ ਵਾਲੀ ਆ ਨਹੀਂ ਇਹ ਉੱਧਰੋਂ ਅਸੈਂਬਲ ਹੋ ਕੇ ਆਈ ਹੈ ਇਸ ਤੋਂ ਬਾਅਦ ਜਿਹੜੀਆਂ ਐਕਸਪੀਅਨ ਵੱਜਦੀਆਂ ਸੀਗੀਆਂ ਉਹ ਇੱਧਰ ਆ ਕੇ ਅਸੈਂਬਲ ਹੋਈਆਂ
ਇਹ ਸਭ ਤੋਂ ਪਹਿਲਾਂ ਆਪਣੇ ਮਾਰਕਫੈਡ ਨੇ ਖਰੀਦੀਆਂ ਸੀਗੀਆਂ ਅਤੇ ਮਾਰਕਫੈਡ ਪਹਿਲਾਂ ਚਲਾਉਂਦਾ ਰਿਹਾ ਉਸ ਤੋਂ ਬਾਅਦ 'ਚ ਇਹਨਾਂ ਨੇ ਫਿਰ ਜ਼ਿਮੀਦਾਰਾਂ ਨੂੰ ਵੇਚਿਆ ਇਹ ਵੀ ਮਾਰਕਫੈਡ ਦੇ ਨਾਂ 'ਤੇ ਰਜਿਸਟਰ ਸੀ ਪਹਿਲਾਂ ਉਸ ਤੋਂ ਬਾਅਦ ਨੰਬਰ ਲੁਧਿਆਣਾ ਹੁਣ ਲੁਧਿਆਣਾ ਨੰਬਰ ਹੈ ਅਤੇ ਉਸ ਤੋਂ ਬਾਅਦ ਲੁਧਿਆਣੇ ਤੋਂ ਇਹ ਮਾਲੇ ਦੇ ਸਭ ਤੋਂ ਪਹਿਲਾਂ ਜੋ ਉਹਨਾਂ ਨੇ ਲਾਂਚਿੰਗ ਮਤਲਬ ਕਿਸਾਨਾਂ 'ਚ ਮਾਰਕਫੈਡ ਤੋਂ ਬਾਅਦ ਮਾਰਕਫੈਡ ਬਾਕੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਲੱਗ ਰਿਹਾ अपने रिश्तेदार को थोड़ी वाली देसी की ओरिजिनल सारी टोटली देसी चलता